पिछले दिनी अमृतसर विच जगदीश टाइटलर दे जन्मदिन की वधाई देने वाले पोस्टर लगा के वाद विवाद च आया करम गिल जिसनू के मारन वास्ते कई सिख जथेबंदियां ते कई निहंग सिंह जथेबंदियां वल्लों उसके खिलाफ उसनू मारन वाले नू इनाम देने की गल आखी जा रही सी। अते कल देर शाम जदों करम गिल अपने गनमैन दे नाल अपने घर आ रहा सी तां करम गिल दे मुताबिक उसकी कार उत्ते एक निहंग सिंह वल्लों जानलेवा हमला कर दिता गया जिस विच के उन्हां ने बहुत ही मुश्किल नाल अपनी जान बचाई। उधर करम गिल दे गनमैन ने दस्सिया कि जदों ओह घर वापस आ रहे सन तां निहंग सिंह दे बाणे विच एक व्यक्ति वल्लों उन्हां ते हमला कीता गया अते निहंग सिंह दे एक साथी वल्लों कहण ते उस गनमैन उत्ते भी हमला करन दी कोशिश कीती गई पर ओह उत्थों बड़ी मुश्किल नाल अपनी जान बचा के घर वापस आए। उधर इस पूरे मामले विच पुलिस दा कहना है कि दोनों पार्टियां दा पहलां तों कोई आपस विच तकरार सी अते दूजी पार्टी दी भी दरखास्त आई है ते करम गिल पासों भी दरखास्त आई है। मामले दी जांच कीती जा रही है, जांच तों बाद ही बनदी कानूनी कार्रवाई कीती जाएगी। ਅਸੀਂ ਜਿਹੜੇ ਸਾਡੇ ਦਿਨ ਦੇ ਨਿੱਜੀ ਕੰਮ ਸੀਗੇ ਉਹ ਕੰਮਕਾਜ ਦੀ ਸਮਾਪਤੀ ਤੋਂ ਬਾਅਦ ਮੁੜ ਜਦੋਂ ਅਸੀਂ ਘਰ ਪਰਦੇ ਪਏ ਸੀਗੇ ਕੁਝ ਜਿਹੜੇ ਸ਼ਰਾਰਤੀ ਅਨਸਰ ਨੇ ਜਿਹੜਾ ਵਾਕਿਆ ਵੀ ਤੁਹਾਨੂੰ ਵੀ ਤੁਹਾਡੇ ਵੀ ਧਿਆਨ ਦੇ ਵਿੱਚ ਹੈਗਾ ਜਿਹੜਾ ਅਸੀਂ ਸ਼੍ਰੀ ਜਗਦੀਸ਼ ਟਾਈਟਲਰ ਜੀ ਦਾ ਜਨਮਦਿਨ ਮਨਾਇਆ ਸੀਗਾ ਅੰਮ੍ਰਿਤਸਰ ਸਾਹਿਬ ਵਿਖੇ ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਖੁੱਲ੍ਹੇਆਮ ਤੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਕਈ ਅਜਿਹੇ ਆਗੂ ਵੀ ਸੀਗੇ ਜਿਨ੍ਹਾਂ ਨੇ ਮੈਨੂੰ ਮਾਰਨ 'ਤੇ ਬਹੁਤ ਵੱਡੇ ਵੱਡੇ ਇਨਾਮ ਵੀ ਅਨਾਊਂਸ ਕੀਤੇ ਹੋਏ ਸੀਗੇ ਕਿ ਜਿਹੜਾ ਵੀ ਕਰਮ ਗਿੱਲ ਨੂੰ ਮਾਰ ਕੇ ਆਊਗਾ ਸਾਡੇ ਕੋਲ ਅਸੀਂ ਉਹਨਾਂ ਨੂੰ ਜ਼ਮੀਨ ਜਾਇਦਾਦਾਂ ਅਤੇ ਅਸੀਂ ਕੋਠੀਆਂ ਅਤੇ ਰੁਪਈਆਂ ਦੇ ਨਾਲ ਨਵਾਜਾਂਗੇ ਉਹਨਾਂ ਨੂੰ। ਬਸ ਅਜਿਹੀ ਜਿਹੜੀ ਮਾੜੀ ਸੋਚ ਸੀਗੀ ਉਹਨੂੰ ਲੈ ਕੇ ਕੁਝ ਬੰਦਿਆਂ ਨੇ ਸਾਡੀ ਜਿਹੜੀ ਪੱਕੀ ਇਨਫੋਰਮੇਸ਼ਨ ਸੀਗੀ ਜਿਹਨਾਂ ਕੋਲ ਕਿ ਅਸੀਂ ਇਸ ਰਾਹ 'ਤੇ ਵਾਪਸੀ ਲੰਘਦੇ ਪਏ ਹਾਂ ਪਹਿਲਾਂ ਤਾਂ ਉਹਨਾਂ ਨੇ ਸਭ ਤੋਂ ਸੜਕ ਦੇ ਵਿਚਕਾਰ ਗੱਡੀ ਖਿਲਾ ਰੱਖੀ ਸੀਗੀ ਸਾਡਾ ਰਾਹ ਰੋਕਣ ਵਾਸਤੇ। ਜਦੋਂ ਅਸੀਂ ਉਹਨਾਂ ਦੀ ਗੱਡੀ ਦੇ ਕੋਲ ਪਹੁੰਚੇ ਗੱਡੀ ਦੇ ਕੋਲ ਪੁੱਜਦੇ ਆ ਸਾਰ ਹੀ ਇੱਕ ਜਿਹੜਾ ਸ਼ਰਾਰਤੀ ਆਗੂ ਆ ਜਿਹਦੇ ਨਾਲ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਵਿਅਕਤੀ ਸੀਗੇ ਉਸ ਬੰਦੇ ਨੇ ਸਾਡੀ ਗੱਡੀ 'ਤੇ ਬੜੇ ਜ਼ੋਰ ਦੇ ਨਾਲ ਮੁੱਕੇ ਦੇ ਨਾਲ ਹਮਲਾ ਕੀਤਾ ਉਹਦੇ ਮੁੱਕਾ ਮਾਰਦੇ ਸਾਰ ਹੀ ਸਾਡੇ ਜਿਹੜਾ ਮੂਹਰੇ ਵਾਲਾ ਸ਼ੀਸ਼ਾ ਵਾ ਉਹਦੇ ਤਰੇੜ ਪੈ ਗਈ। ਮੈਂ ਜਦੋਂ ਥੋੜ੍ਹਾ ਸ਼ੀਸ਼ਾ ਡਾਊਨ ਕਰਕੇ ਉਹਨੂੰ ਪੁੱਛਿਆ ਮੈਂ ਬੜੇ ਸਤਿਕਾਰ ਦੇ ਨਾਲ ਉਹਨੂੰ ਕਿਹਾ ਮੈਂ ਕਿਹਾ ਅੰਕਲ ਜੀ ਕਿਉਂਕਿ ਉਹ ਬਿਰਧ ਅਵਸਥਾ ਦੇ ਵਿੱਚ ਸੀਗਾ ਮੈਨੂੰ ਅੰਕਲ ਜੀ ਕਹਿ ਕੇ ਗੱਲ ਕੀਤੀ ਮੈਂ ਕਿਹਾ ਅੰਕਲ ਜੀ ਇਹ ਕੀ ਅੱਗੇ ਉਹਨੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਅਤੇ ਨਾਲ ਹੀ ਇੱਕ ਜਿਹੜਾ ਨਰਿੰਦਰ ਸਿੰਘ ਉਹ ਗੱਡੀ 'ਚ ਬੈਠਾ ਸੀਗਾ ਉਹਨੇ ਲਲਕਾਰਾ ਮਾਰਿਆ ਕਿ ਇਹਦਾ ਗਨਮੈਨ ਨੂੰ ਕੱਢੋ ਬਾਹਰ ਇਹਦੀ ਗਨਮੈਨ ਹੀ ਕੱਢੀਏ ਨਾ। ਉਸੇ ਵੇਲੇ ਹੀ ਇੱਕ ਨਿਹੰਗ ਸਿੰਘ ਜਿਹਨੇ ਦੁਮਾਲਾ ਸਜਾਇਆ ਹੋਇਆ ਸੀਗਾ ਨਿਹੰਗੀ ਬਾਣੇ ਦੇ ਵਿੱਚ ਉਹ ਬੰਦੇ ਨੇ ਆਣ ਕੇ ਮਿੰਟੂ ਜੀ ਦੀ ਜਿਹੜੇ ਅੱਜ ਨਾਲ ਸੀਗੇ ਸਾਡੇ ਇਹਨਾਂ ਦੀ ਬਾਰੀ ਖੋਲ੍ਹਣੀ ਚਾਹੀ ਦੋ ਤਿੰਨ ਵਾਰ ਬਾਰੀ ਬਹੁਤ ਜ਼ੋਰ ਜ਼ੋਰ ਦੇ ਨਾਲ ਖਿੱਚੀ ਪਰ ਇਹਨਾਂ ਨੇ ਬੜੀ ਹਿੰਮਤ ਅਤੇ ਦਲੇਰੀ ਦੇ ਨਾਲ ਬਾਰੀ ਨਹੀਂ ਖੋਲ੍ਹਣ ਦਿੱਤੀ ਬਾਰੀ ਨੂੰ ਘੁੱਟ ਕੇ ਫੜੀ ਰੱਖਿਆ ਅਤੇ ਉਸ ਬੰਦੇ ਨੇ ਕਿਰਪਾਨ ਵੀ ਧਾਰਨ ਕੀਤੀ ਹੋਈ ਸੀਗੀ। ਇੰਨੇ ਨੂੰ ਕੀ ਹੋਇਆ ਕਿ ਜਦੋਂ ਮੈਂ ਵਾਰ ਵਾਰ ਉਹਨਾਂ ਨੂੰ ਕੋਈ ਬੇਨਤੀ ਕੀਤੀ ਮਿੰਨਤਾਂ ਕੀਤੀਆਂ ਕਿ ਵਜ੍ਹਾ ਕੀ ਹੈ ਸਾਨੂੰ ਜਾਣ ਦਿਓ ਅਤੇ ਨਰਿੰਦਰ ਸਿੰਘ ਤੁੰਗ ਨੇ ਲਲਕਾਰ ਕੇ ਆਖਿਆ ਤੇਰੇ ਘਰ ਦਾ ਕਿਹਨੂੰ ਨਹੀਂ ਪਤਾ ਤੂੰ ਬਸ ਥੋੜ੍ਹੇ ਦਿਨਾਂ ਦੀ ਖੇਡ ਆ ਅਤੇ ਬਕਾਇਦਾ ਤੌਰ 'ਤੇ ਉਹਨਾਂ ਨੇ ਜ਼ਿਕਰ ਵੀ ਕੀਤਾ ਕਿ ਤੇਰੀਆਂ ਕਰਤੂਤਾਂ ਤੋਂ ਸਾਰੇ ਲੋਕ ਵਾਕਫ ਨੇ ਤੈਨੂੰ ਨਾ ਕਿਸੇ ਨੇ ਬਖਸ਼ਣਾ ਅਤੇ ਨਾ ਹੀ ਤੂੰ ਬਖਸ਼ਣ ਵਾਲਾ ਕੋਈ ਕੰਮ ਕੀਤਾ ਇਸ ਕਰਕੇ ਤੇਰੀ ਮੌਤ ਨੀਅਤ 'ਤੇ ਬਿਲਕੁਲ ਨੇੜੇ ਆ। ਹੁਣ ਇਸ ਸੰਬੰਧੀ ਤੁਸੀਂ ਕੋਈ ਪੁਲਿਸ ਕੰਪਲੇਂਟ ਕਰਨ ਜਾ ਰਹੇ ਜੀ? ਅਸੀਂ ਮੌਕੇ 'ਤੇ ਜਿਹੜੇ ਉੱਚ ਅਫਸਰ ਸਾਹਿਬਾਨ ਹੈਗੇ ਆ ਉਹਨਾਂ ਦੇ ਧਿਆਨ ਦੇ ਵਿੱਚ ਮਸਲਾ ਲੈਣ ਦਾ ਵਾ ਕੰਪਲੇਂਟ ਵੀ ਦਿਆਂਗੇ ਅੱਗੇ ਜੋ ਵੀ ਪ੍ਰਸ਼ਾਸਨ ਦੀ ਕਾਰਵਾਈ ਆ ਉਸ ਚੀਜ਼ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਅਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ 'ਤੇ ਜੋ ਵੀ ਆ ਪੜਤਾਲ ਕਰਕੇ ਜਿਹੜੇ ਦੋਸ਼ੀ ਨੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹ ਮੁੱਦਾ ਕਿਸੇ ਤੋਂ ਲੁਕਿਆ ਛੁਪਿਆ ਮੁੱਦਾ ਨਹੀਂ ਇਹ ਮੁੱਦਾ ਜਿਹੜੇ ਲੋਕ ਸੀਗੇ ਜਿਹੜੇ ਸ਼ਰਾਰਤੀ ਅਨਸਰ ਨੇ ਸਾਡੇ ਸਮਾਜ ਦੇ ਜਿਹੜੇ ਦੇਸ਼ ਦੀ ਏਕਤਾ ਨੂੰ ਤੋੜਨਾ ਚਾਹੁੰਦੇ ਨੇ ਦੇਸ਼ ਦੀ ਏਕਤਾ ਨੂੰ ਭੰਗ ਕਰਨਾ ਚਾਹੁੰਦੇ ਨੇ ਇਹ ਮੁੱਦਾ ਉਹਨਾਂ ਨੇ ਬਹੁਤ ਜ਼ਿਆਦਾ ਉਛਾਲਦਾ ਸੀਗਾ ਜਦੋਂ ਅਸੀਂ ਮਾਣਯੋਗ ਸ਼੍ਰੀ ਜਗਦੀਸ਼ ਟਾਈਟਲਰ ਜੀ ਦਾ ਜਨਮਦਿਨ ਮਨਾਇਆ ਸੀਗਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਸ਼ਰੇਆਮ ਬਹੁਤ ਧਮਕੀਆਂ ਦਿੱਤੀਆਂ ਸੀਗੀਆਂ ਇਸ ਕਰਕੇ ਮੇਰਾ ਸਾਰਾ ਮੈਟਰ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਅਤੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੀਆਂ ਕੋਝੀਆਂ ਹਰਕਤਾਂ ਵੇਖ ਲਓ ਅੱਜ ਮੇਰਾ ਰਾਹ ਰੁਕਿਆ ਅੱਜ ਸਾਡੇ ਗਨਮੈਨ 'ਤੇ ਹਮਲਾ ਕਰਨ ਦੀ ਨੀਅਤ ਦੇ ਨਾਲ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਇਹਦੇ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਊਟ ਆਸਰਾ ਅਸੀਂ ਲੈ ਕੇ ਚੱਲੀਦਾ ਵਾ ਗੁਰੂ ਨਾਨਕ ਪਾਤਸ਼ਾਹ ਦੇ ਆਸ਼ੀਰਵਾਦ ਦੇ ਨਾਲ ਅਸੀਂ ਬੜੀ ਦਲੇਰੀ ਦੇ ਜਜ਼ਬੇ ਦੇ ਨਾਲ ਤੁਰੇ ਫਿਰਦੇ ਹਾਂ ਅਤੇ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਅਸੀਂ ਬਚੇ ਹਾਂ ਇਹਨਾਂ ਨੇ ਸਾਨੂੰ ਕੋਈ ਵਾਹ ਨਹੀਂ ਛੱਡੀ
पूरी पूरी मारन की नीयत के इन्होंने मारन की कोशिश की सानू अज ये करमजीत सिंह गिल इन्हू सिक्योरिटी मिली हुई है दो गनमैन मिले हुए हैं एक एस एक पी एच जी है ये अज अपने जा रहा है घर 88 फुट रोड से तो अगे वो नरेंद्र सिंह तोंग तो एक बलजिंद्र सिंह तोंग खड़े हुए थे उत्थे रस्ता घट से जो कार लंघा लगा तो उन्होंने कहा भी ध्यान ना लंघा सकू मतलब कि तू थले थोड़ा देना इस गल तो उन्हें तकरारी दोनों तरह की दरखास्त आई हैं उस अपने सब इंस्पैक्टर डिशनल सच उन्होंने मार की इनकुआरी चल रही है सर जो गनमैन वा वो भी गवाही दे रहा कि कह जाते कि कहता रहे सर मैटर तेरी हरकत बहुत माड़िया वा तेन असं जानो मार देने इस तरह कोई मामूली आपस इन्होंने मामूली तकरार हुआ कोई यह जी कोई गल नहीं हुई कार कहते कार का मैं करके आया कि तो कार कोई टुटी नहीं हुई कोई गलबात नहीं सर जो पिछले दिन फ्लैक्स लगाए गए थे इन्होंने वालों उन्होंने मुद्दा बनाया जा रहा फिर नहीं वो कार्रवाई हुई हुई है वो प्रिवेंटिव होया हुआ अंडर नहीं नहीं नरेंद्र तोंग बलविंदर तोंग है घर के लागे रेंगे उन्होंने दफ्तर उत्थे बाहर ही खड़े से उस गल तो तकरार हो जगह नहीं सी कार लंघन की कार लंघा रहे कार्रवाई इनकुआरी तो बाद दोनों तरह दरखास्त है मामूली तकरार है ठीक है हाँ जी की नाम जी तुहाडा मेरा नाम है मिंटू जिहड़ा करम गिल जी ते हमला होया अज तुसी नाल सी की वाकया सी वाकया यह होया कि असीं पेट्रोल पवा के आ रहे सी रात बिल्कुल विचकार सरदार जी है एक उन्होंने विचकार गड्डी खिलारी सी लागे निहंग सी पहलो आड़ी गड्डी का शीशा तोड़िया गड्डी खिलारन की कोशिश की बाद शीशा तोड़ने की कोशिश की बाद चो आप शीशा खोल के उ कि अंकल जी की होया ए सरदार जी गिल साहब ने पूछा हो अंकल जी की होया ये उन्होंने इन्हों धमकियां दतिया तो मैं इन्होंने कह कि बाबा जी यह काम ना करो चलो छोड़ो पर जो हो गया कोई गल नहीं गया उन्होंने कहा पहले गन मैंने थले गन मेरे से क्ढीए पहले बहर इन्होंने मेरे से भी हमला करने की कोशिश की पर मैं बारी नहीं खोली गड्डी की और एक निहंग सिंह आया कृपान कढ़ के उन्हें भी गड्डी खोलने की कोशिश की पर मैं गड्डी नहीं खोली बस उन्होंने जो हमला करने की कोशिश की तो अपने बचाव लिए कोई फायर वगैरह किया नहीं नहीं फायर कोई नहीं क्या मौका सामभ कितों मौका सामभ के गड्डी भी चीरे पर गड्डी नहीं क्ढी गड्डी गांह भजा ली फिर आप अपना आप बचा के गड्डी कढ़ ली गांह कि तुम मारन की नीत ना आए थे अज मारन की नीत ना आए बुलंद टीवी लिए अमृतसर तो कृष्ण कुमार की रिपोर्ट।